हाँ जी दोस्तों, की हाल चाल है। उम्मीद है भी सारे ठीक ठाक होंगे। तकरीबन पिछले 4-5 साल तो मेरे दिल च सीगी गल कि आपां बुकचू दे लैसन बनाइए, बुकचू नूं आपां लोकां तक पहुँचदा करिए जिन्ना अपने तो हो सकदा। बुकचू पंजाब दा लोक साज आ, पिया भी है इत्थे। इदां दा कुछ हुंदा, एक पासे खल जड़ी हुंदी आ, गब्बे दी तार पाई हुंदी आ, ते आए दा खोल आ लक्कड़ दा जां कद्दू दा भी हो सकदा है। ते पंजाब च इहनूं बुकचू कहिंदे आ, राजस्थान च इहनूं बपंग कहिंदे आ, ते बंगाल च इहनूं कहिंदे आ खोमक। राजस्थान ते पंजाब च जिहड़ी इहदी देख आ उह सेम आ, इदां दा ही पंजाब च आ इहे, इदां दा ही राजस्थान च आ। वजाउण दी जिहड़ी प्रोसैस आ उह वी सेम आ, पर बंगाल दे विच इहदी जिहड़ी देख आ उह मैं नाल फोटो भी अटैच कर दूंगा। जिवें आपणा ढोलक हुंदा, छोटा ढोलक ला लो, उहदे इक पासे खल जिहड़ी होवे, तारां दो पईआं हुंदीआं ने, ते अग्गे इक छोटी जी गड़बी जी हुंदी आ, उहदे नाल वजदा उह गड़बी खिच के। आपां लक्कड़ दी डंडी पाई हुंदी आ, छोटी वड्डी आपणे हिसाब नाल, ਤੇ ਉਹ ਸੁਰ ਵਜਾਉਂਦੇ ਨੇ। ਇਹਦੇ ਤੇ ਸੁਰ ਵੀ ਵਜਾਉਂਦੇ ਨੇ, ਤਾਲ ਵੀ ਵਜਾਉਂਦੇ ਨੇ। ਆਪਾਂ ਤਾਲ ਵਜਾਉਂਦੇ ਹਾਂ, ਪੰਜਾਬ ਤੇ ਰਾਜਸਥਾਨ 'ਚ ਇਹਦੇ ਤਾਲ ਵੱਜਦੀ ਆ, ਤੇ ਬੰਗਾਲ 'ਚ ਸੁਰ ਤੇ ਤਾਲ ਦੋਨੋਂ ਵੱਜਦੇ। ਸੋ ਇਹ ਤਾਂ ਹੋ ਗਈ ਗੱਲ ਵੀ ਬੁਕਚੂ ਵੱਜਦਾ ਕਿੱਥੇ ਕਿੱਥੇ ਆ, ਤੇ ਹੁਣ ਆਪਾਂ ਇਹਦੇ ਇਤਿਹਾਸ ਦੀ ਗੱਲ ਕਰਦੇ ਹਾਂ। ਬੁਕਚੂ ਕਿਹਾ ਜਾਂਦਾ ਵੀ ਜੋਗੀ ਇਸਮਾਇਲ ਨਾਥ ਨੇ ਬਣਾਇਆ ਸੀ। ਜੋਗੀ ਇਸਮਾਇਲ ਨਾਥ ਗੋਰਖ ਨਾਥ ਦਾ ਚੇਲਾ ਸੀ, ਗੋਰਖ ਨਾਥ ਨੂੰ ਫੋਲੋ ਕਰਦਾ ਹੁੰਦਾ ਸੀ, ਤੇ ਉਦੋਂ ਸਰੰਗੀ ਵਜਾਉਂਦਾ ਵਜਾਉਂਦਾ ਉਹਨੂੰ ਕੋਈ ਤਾਲ ਚਾਹੀਦੀ ਸੀ ਨਾਲ, ਉਹਨੇ ਇਹਦਾ ਆਵਿਸ਼ਕਾਰ ਕਰਿਆ, ਇਹਦੀ ਕਾਢ ਕੱਢੀ ਬੁਕਚੂ ਦੀ। ਅਤੇ ਜੋਗੀਆਂ ਦੇ ਕਰਕੇ ਹੀ ਇਹ ਪੰਜਾਬ 'ਚ ਆਇਆ, ਜੋਗੀਆਂ ਦੇ ਕਰਕੇ ਹੀ ਇਹ ਰਾਜਸਥਾਨ 'ਚ ਆਇਆ, ਜੋਗੀਆਂ ਦੇ ਕਰਕੇ ਹੀ ਇਹ ਬੰਗਾਲ 'ਚ ਆ। ਤਕਰੀਬਨ ਜੇ ਤੁਸੀਂ ਸਪੇਰੇ ਦੇਖੇ ਹੋਵੋਗੇ ਪੰਜਾਬ ਦੇ, ਚਾਹੇ ਰਾਜਸਥਾਨ ਦੇ, ਚਾਹੇ ਬੰਗਾਲ ਦੇ, ਅਤੇ ਜੋਗੀਆਂ ਦੀ ਬੀਨ ਦਾ ਸਾਥ ਦਿੰਦਾ ਇਹ ਬੁਕਚੂ ਜਾਂ ਖੋਮਕ ਜਾਂ ਬਪੰਗ। ਸੋ ਇਹ ਹੋ ਗਈ ਇਤਿਹਾਸ ਦੀ ਗੱਲ, ਅਤੇ ਹੁਣ ਆਪਾਂ ਇਹਦੇ ਸਟਰਕਚਰ ਦੀ ਗੱਲ ਕਰ ਲੈਂਦੇ ਹਾਂ ਵੀ ਇਹ ਦਿਖਦਾ ਕਿਵੇਂ ਦਾ ਹੈ। ਇੱਦਾਂ ਦਾ ਕੋਈ ਲੱਕੜ ਦਾ ਖੋਲ ਹੁੰਦਾ ਹੈ। ਲੱਕੜ ਕਈ ਤਰ੍ਹਾਂ ਦੀ ਵਰਤੀ ਜਾਂਦੀ ਹੈ, ਹੁਣ ਅੰਬ ਦੀ ਵੀ ਵਰਤ ਲੈਂਦੇ ਆ, ਕਿੱਕਰ ਦੀ ਵੀ ਵਰਤ ਸਕਦੇ ਹਾਂ ਆਪਾਂ, ਠੋਸ ਲੱਕੜ, ਜਾਂ ਇਹ ਕੱਦੂ ਤੋਂ ਵੀ ਬਣਾ ਸਕਦੇ ਹਾਂ। ਆਵਾਜ਼ 'ਚ ਥੋੜ੍ਹਾ ਜਿਹਾ ਡਿਫਰੈਂਸ ਹੋ ਜੂਗਾ, ਅਤੇ ਇੱਕ ਪਾਸੇ ਖੱਲ ਜਿਹੜੀ ਹੁੰਦੀ ਆ ਬੱਕਰੀ ਦੀ, ਅਤੇ ਵਿੱਚ ਦੇ ਤਾਰ ਪਈ ਹੁੰਦੀ ਆ। ਤਾਰ ਇਹ ਆਪਾਂ ਬੈਡਮਿੰਟਨ ਦੀ ਵੀ ਪਾ ਸਕਦੇ ਹਾਂ, ਜਾਂ ਜਿਹੜੀ ਮੱਛੀ ਫੜਨ ਵਾਲੀ ਤਾਰ ਹੁੰਦੀ ਆ, ਉਹ ਥਿਕਨੈਸ ਦੇ ਹਿਸਾਬ ਨਾਲ ਆਪਾਂ ਮੋਟੀ ਤਾਰ ਲੈ ਕੇ ਉਹ ਵੀ ਪਾ ਸਕਦੇ ਹਾਂ। ਇੱਕ ਵਾਰ ਨੇੜੇ ਤੋਂ ਦੇਖ ਲੈਂਦੇ ਹਾਂ ਬੁਕਚ ਨੂੰ, ਇੱਦਾਂ ਦੀ ਕੁਛ ਬਣਾਵਟ ਹੁੰਦੀ ਆ ਇਹਦੀ। ਇੱਕ ਪਾਸੇ ਖੱਲ ਜਿਹੜੀ ਹੋਈ ਆ, ਅਤੇ ਆਹ ਬਟਨ ਨੂੰ ਤਾਰ ਪਾ ਕੇ ਗਾਂਹ ਆਪਾਂ ਹੈਂਡਲ ਨਾਲ ਪਾਈ ਹੋਈ ਆ। ਇਹਦੀ ਖਿੱਚ ਦੇ ਨਾਲ ਹੀ ਇਹਦਾ ਸਾਊਂਡ ਪ੍ਰੋਡਿਊਸ ਹੁੰਦਾ ਸਾਰਾ, ਜਿੰਨੀਆਂ ਵੀ ਤਾਲਾਂ ਆਪਾਂ ਕੱਢਣੀਆਂ ਨੇ ਉਹ ਸਾਰਾ ਇਹਦਾ ਕਮਾਲ ਆ। ਇਹਦਾ ਹੈਂਡਲ ਸਾਰੇ ਅਲੱਗ ਅਲੱਗ ਪਾ ਕੇ ਰੱਖਦੇ ਆ, ਜਿਵੇਂ ਆਹ ਤਬਲੇ ਦਾ ਗੱਟੂ ਜਿਹਾ ਪਾਇਆ ਹੋਇਆ ਮੈਂ, ਕਈ ਲੰਬਾ ਡੰਡਾ ਪਾ ਕੇ ਰੱਖਦੇ ਆ, ਕਈ ਬਰੀਕ ਡੰਡੀ ਪਾ ਕੇ ਰੱਖਦੇ ਆ। ਸੋ ਉਹ ਆਪਣੇ ਕੰਫਰਟ ਦੇ ਹਿਸਾਬ ਨਾਲ ਉਹ ਬਾਅਦ 'ਚ ਆਪਾਂ ਤੈਅ ਕਰ ਸਕਦੇ ਹਾਂ ਜਦੋਂ ਇੱਕ ਵਾਰ ਵਜਾਉਣਾ ਸਿੱਖ ਗਏ ਵੀ ਕਿਹੜੀ ਚੀਜ਼ ਆਪਣੇ ਹੱਥ ਜ਼ਿਆਦਾ ਬੈਠਦੀ ਆ। ਸੋ ਇਹ ਹੋ ਗਈ ਇਹਦੇ ਸਟਰਕਚਰ ਦੀ ਗੱਲ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬੁਕਚੂ ਦੇ ਪ੍ਰਾਈਜ਼ ਬਾਰੇ। ਤਕਰੀਬਨ 600-700 ਤੋਂ ਲੈ ਕੇ 1100-1200 ਤੱਕ ਬੁਕਚੂ ਆਪਾਂ ਨੂੰ ਮਿਲ ਜਾਂਦਾ, ਡਿਪੈਂਡ ਕਰਦਾ ਕੁਆਲਿਟੀ ਦੇ ਉੱਤੇ। ਜਿਵੇਂ ਜਿਹੜਾ ਆਹ ਬੁਕਚੂ ਮੈਂ ਲਿਆ ਸੀ ਹੁਣੇ ਜੇ ਲੈ ਕੇ ਆਇਆ 3-4 ਦਿਨ ਪਹਿਲੇ, ਮੈਂ ਇਹ 500 ਦਾ ਮਿਲਿਆ ਸੀ ਰੋਪੜੋਂ। ਅਤੇ ਇਹਨੂੰ ਵਜਾਉਣ ਦੇ ਲਈ ਆਪਾਂ ਨੂੰ ਇੱਕ ਇੱਦਾਂ ਦੀ ਚੀਜ਼ ਜਿਵੇਂ ਇਹ ਪਿੱਕਾ ਗਿਟਾਰ ਦੀ, ਇਹ ਯੂਜ਼ ਕਰ ਸਕਦੇ ਹਾਂ ਆਪਾਂ, ਜਾਂ ਜਿਹੜਾ ਕਾਰਡ ਹੁੰਦਾ ਜਿਵੇਂ ਲਾਇਸੈਂਸ ਕਾਰਡ ਹੁੰਦਾ, ਲਾਇਸੈਂਸ ਕਾਰਡ ਨਾਲ ਯੂਜ਼ ਕਰਿਓ, ਮਤਲਬ ਉਦਾਂ ਦਾ ਕੋਈ ਕਾਰਡ ਯੂਜ਼ ਕਰ ਸਕਦੇ ਹਾਂ ਆਪਾਂ, ਜਾਂ ਪੈਨ ਦਾ ਸਿੱਕਾ ਖਾਲੀ ਪੁੱਠੇ ਪਾਸੇ ਤੋਂ ਉਹਦੀ ਨਿੱਬੀ ਕੱਢ ਕੇ ਸਾਫ਼ ਕਰਕੇ ਉਹ ਯੂਜ਼ ਕਰ ਸਕਦੇ ਹਾਂ ਆਪਾਂ, ਜਾਂ ਲੱਕੜ ਦੀ ਕਿੱਲੀ ਜਿਹੀ ਹੁੰਦੀ ਹੈ ਇੱਕ ਪ੍ਰੋਪਰ, ਉਹ ਵੀ ਯੂਜ਼ ਕਰ ਸਕਦੇ ਹਾਂ। ਜਾਂ ਇੱਕ ਹੋਰ ਪਹਿਲਾਂ ਮੈਂ ਦੰਦ ਜਾਂ ਜਿਹੜਾ ਸੂਰ ਦਾ ਹੁੰਦਾ ਉਹ ਯੂਜ਼ ਕਰਦਾ ਹੁੰਦਾ ਸੀ ਆਪਣੇ ਸ਼ੁਰੂਆਤੀ ਦਿਨਾਂ 'ਚ, ਉਹਦੇ ਨਾਲ ਬੜਾ ਹੱਥ ਬੈਠਿਆ ਹੋਇਆ ਸੀ ਮੇਰਾ ਉਹ ਸੂਰ ਦੇ ਦੰਦ ਨਾਲ। ਸੋ ਇਹ ਆਪਾਂ ਬਜਾਣ ਨੂੰ ਯੂਜ਼ ਕਰ ਸਕਦੇ ਹਾਂ। ਸੋ ਹੁਣ ਆਪਾਂ ਇਹਨੂੰ ਹੋਲਡ ਕਰਨਾ ਸਿੱਖਦੇ ਹਾਂ ਵੀ ਸਾਜ਼ ਨੂੰ ਫੜਨਾ ਕਿਵੇਂ ਆ। ਇਹ ਸਾਜ਼ ਇੱਦਾਂ ਕੱਚ 'ਚ ਹੋਲਡ ਕਰਨਾ ਆਪਾਂ, ਬਾਂਹ ਦਾ ਵਜਨ ਜਦੋਂ ਆਪਾਂ ਬੁਕਚੂ 'ਤੇ ਦੇ ਲਿਆ, ਉਹ ਤੋਂ ਇਲਾਵਾ ਸਾਨੂੰ ਕੋਈ ਐਫਰਟ ਮਾਰਨ ਦੀ ਲੋੜ ਨਹੀਂ ਹੈਗੀ, ਬੁਕਚੂ ਹੋਲਡ ਹੋ ਜਾਂਦਾ ਇੱਦਾਂ। ਆਹ ਹੈਂਡਲ ਜਾਂ ਤੁਸੀਂ ਕਿਸੇ ਪ੍ਰੋਫੈਸ਼ਨਲ ਤੋਂ ਪਵਾ ਲਿਓ ਜਿਵੇਂ ਦੁਕਾਨ ਤੋਂ ਲਿਆਉਂਗੇ, ਜਾਂ ਇੰਨੀ ਕੁ ਦੂਰੀ 'ਤੇ ਰੱਖਣਾ ਕਿ ਜਦੋਂ ਖਿੱਚ ਹੋਵੇ ਤਾਂ ਆਪਣਾ ਜਿਹੜਾ ਇਹ ਮੂਵਮੈਂਟ ਦੇ ਵਿੱਚ ਹੀ ਰਹੇ, ਬਾਹਰ ਨਾ ਜਾਵੇ, ਕਿਤੇ ਇੱਥੇ ਐਕਸਟਰਾ ਜ਼ੋਰ ਲਾਉਣ ਦੀ ਲੋੜ ਨਾ ਪਵੇ ਆਪਾਂ ਨੂੰ, ਬਸ ਜਿੰਨੀ ਆਪਣੀ ਹੱਥ ਦੀ ਮੂਵਮੈਂਟ ਹੁੰਦੀ ਆ ਇਹਦੇ ਵਿੱਚ ਹੀ ਰਹੇ, ਟਾਈਟ ਹੋ ਕੇ ਵੀ ਆਪਣੇ ਕੰਟਰੋਲ 'ਚ ਹੀ ਰਹੇ। ਸੋ ਜਿਹੜੀ ਤਾਰ ਆ ਉਹ ਜਿਹੜਾ ਇਹਦਾ ਘੇਰਾ ਅੰਦਰ ਵਾਲਾ ਘੇਰਾ ਏ, ਤੁਹਾਨੂੰ ਦਿਖਾ ਦਿੰਦਾ ਮੈਂ, ਜਿਹੜਾ ਇਹ ਘੇਰਾ ਏ ਇਹਦੇ ਜਮ੍ਹਾਂ ਸੈਂਟਰ 'ਚ ਹੋਣੀ ਚਾਹੀਦੀ ਆ, ਤਾਂ ਇਹਦੀ ਆਵਾਜ਼ ਆਉਣੀ ਆ। ਜਿਵੇਂ ਜੇ ਆਪਾਂ ਇੱਦਾਂ ਕਰ ਦਾਂਗੇ, ਥੋੜ੍ਹੀ ਬਹੁਤੀ ਵੀ ਇੱਧਰ ਉੱਧਰ ਹੈਗੀ ਤਾਂ ਇਹਦੀ ਆਵਾਜ਼ ਟਕ ਟਕ ਜੀ ਆਊਗੀ। ਸੋ ਪਹਿਲੀ ਜਿਹੜੀ ਆਪਾਂ ਬੀਟ ਸਿੱਖਾਂਗੇ ਉਹਨੂੰ ਚਾਲ ਕਹਿੰਦੇ ਆ, ਤੁਹਾਨੂੰ ਪਹਿਲਾਂ ਵਜਾ ਕੇ ਦਿਖਾ ਦਿੰਦਾ, ਫਿਰ ਆਪਾਂ ਸਿੱਖਾਂਗੇ ਕਿ ਵਜਾਉਣੀ ਕਿਵੇਂ ਆ ਉਹ। ਉਹ
ਸੋ ਇਹ ਤਾਲ ਆਪਾਂ ਸਿੱਖਣੀ ਸ਼ੁਰੂ ਕਰਾਂਗੇ ਆਪਣੇ ਸੱਜੇ ਹੱਥ ਦੀ ਮੂਵਮੈਂਟ ਨਾਲ। ਬੁਕਚੂ ਆਪਣਾ ਖੱਬੀ ਕੱਚ 'ਚ ਆਪਾਂ ਹੋਲਡ ਕੀਤਾ ਹੋਇਆ, ਹਾਲੇ ਇਹਦਾ ਕੋਈ ਕੰਮ ਨਹੀਂ ਹੈਗਾ, ਹਾਲੇ ਆਪਾਂ ਸੱਜੇ ਹੱਥ ਨੂੰ ਮੂਵਮੈਂਟ ਦੇਣੀ ਸਿੱਖਣੀ ਆ, ਇਹਨੂੰ ਫਲੋ ਦੇਣਾ ਸਿੱਖਣਾ। ਸੋ ਜਿਹੜਾ ਹੈਂਡਲ ਆਪਾਂ ਉਹ ਨਾ ਤਾਂ ਬਹੁਤਾ ਟਾਈਟ ਫੜਨਾ ਨਾ ਬਹੁਤਾ ਢਿੱਲਾ, ਕਹਿਣ ਦਾ ਭਾਵ ਜਿਹੜੀ ਤਾਰ ਆ ਬਹੁਤੀ ਨਾ ਤਾਂ ਟਾਈਟ ਹੋਵੇ ਨਾ ਢਿੱਲੀ ਹੋਵੇ, ਇਹ ਆ ਜਾਣੀ ਚਾਹੀਦੀ ਆ। ਸੋ ਫਲੋ ਦੇਣਾ ਆਪਾਂ ਸੱਜੇ ਹੱਥ ਨੂੰ, ਇੱਕ ਦੋ, ਮਤਲਬ ਗਿਣਤੀ ਤਾਂ ਚਾਰ ਹੋਜੂਗੀ ਪਰ ਆਪਾਂ ਗਿਣਨਾ ਇਹਨੂੰ ਦੋ 'ਚ, ਮਤਲਬ ਇੱਕ ਸਾਈਡ 'ਚ ਆਪਾਂ ਦੋ ਵਾਰ ਉੱਪਰ ਥੱਲੇ ਪੂਰਾ ਕਰਨਾ, ਜਿਵੇਂ ਇੱਕ ਦੋ ਇੱਕ ਦੋ ਇੱਕ ਦੋ। ਇੱਕ ਵਾਰ ਸੈੱਟ ਪੂਰਾ ਕੀਤਾ, ਇੱਕ ਗਿਣਨਾ ਆਪਾਂ, ਫਿਰ ਦੁਬਾਰਾ ਸੈੱਟ ਪੂਰਾ ਕੀਤਾ, ਦੋ ਗਿਣ ਲੈਣਾ। ਸੋ ਇਹ ਹੱਥ ਨੂੰ ਫਲੋ ਦੇਣਾ, ਜਦੋਂ ਫਲੋ 'ਚ ਆ ਗਿਆ ਉਦੋਂ ਬਾਅਦ ਕਹਾਣੀ ਇਸ ਹੱਥ ਦੀ ਆ। ਪਹਿਲਾਂ ਆਪਾਂ ਫਲੋ 'ਚ ਕਰਨਾ ਸਿੱਖ ਲਈਏ, ਜਦੋਂ ਆਪਾਂ ਇੱਥੇ ਆ ਗਏ ਇੱਥੇ ਥੋੜ੍ਹਾ ਹੱਥ ਸਟੇਬਲ ਹੋ ਗਿਆ, ਸਹੀ ਮੂਵਮੈਂਟ ਕਰਨ ਲੱਗ ਗਿਆ, ਸਹੀ ਫਲੋ 'ਚ ਆ ਗਿਆ। ਆਪਾਂ ਹੁਣ ਇੱਕ ਦੋ ਵਜਾਉਂਦੇ ਸੀਗੇ ਬੁੱਕ 'ਚੋਂ, ਫਿਰ ਨਾਲ ਕੰਮ ਸ਼ੁਰੂ ਹੋ ਜਾਣਾ ਆਪਣੇ ਖੱਬੇ ਹੱਥ ਦਾ, ਜਿਹੜਾ ਆਹ ਫਲੋ ਚੱਲ ਰਿਹਾ ਇਹ ਤਾਂ ਚੱਲੀ ਜਾਣਾ ਇੱਕ ਦੋ ਇੱਕ ਦੋ। ਜਦੋਂ ਆਪਾਂ ਪ੍ਰੈਕਟਿਸ ਕਰਦੇ ਰਹੇ ਉਦੋਂ ਆਪਣੀ ਇਸ ਹੱਥ ਦੀ ਮਸਲ ਮੈਮਰੀ ਬਣ ਜਾਣੀ ਆ, ਫਿਰ ਆਪਾਂ ਨੂੰ ਗਿਣਤੀ ਯਾਦ ਰੱਖਣ ਦੀ ਲੋੜ ਨਹੀਂ। ਹੁਣ ਆਪਾਂ ਗਿਣਤੀ ਨਾਲ ਚੱਲਦੇ ਹਾਂ, ਆਪਾਂ ਕਰਦੇ ਸੀ ਇੱਕ ਦੋ ਇੱਕ ਦੋ, ਇਹ ਫਲੋ ਚੱਲ ਰਿਹਾ ਇੱਕ ਦੋ ਇੱਕ ਦੋ। ਨਾਲ ਨਾਲ ਹੁਣ ਆਪਾਂ ਹੈਂਡਲ ਖਿੱਚਣਾ ਸ਼ੁਰੂ ਕਰਨਾ, ਤਿੰਨ ਚਾਰ ਇੱਕ ਦੋ ਤਿੰਨ ਚਾਰ ਇੱਕ ਦੋ, ਕੀ ਕਰਦੇ ਹਾਂ ਆਪਾਂ ਤੁਹਾਨੂੰ ਸਮਝ ਆਵੇ, ਇੱਕ ਦੋ ਤਿੰਨ ਚਾਰ ਇੱਕ ਦੋ ਤਿੰਨ ਚਾਰ ਇੱਕ ਦੋ ਤਿੰਨ ਚਾਰ। ਜਿਹੜੀ ਆਪਾਂ ਗਿਣਤੀ ਕਰ ਰਹੇ ਹਾਂ ਬਈ ਹੈਂਡਲ ਆਪਾਂ ਖਿੱਚਣਾ ਕਦੋਂ ਆ, ਜਦੋਂ ਆਪਣਾ ਇੱਕ ਹੱਥ ਪੂਰਾ ਹੋ ਗਿਆ ਇੱਕ, ਦੂਜਾ ਹੱਥ ਜਿਹੜਾ ਆਪਣਾ ਉਹ ਇੱਕ ਵਾਰੀ ਤਾਰ 'ਤੇ ਟੱਚ ਹੋਊਗਾ, ਅਤੇ ਜਦੋਂ ਪੂਰਾ ਹੋਊਗਾ ਉੱਪਰ ਨੂੰ ਆਪਾਂ ਦੁਬਾਰੇ ਚੱਕ ਕੇ ਲਿਆਵਾਂਗੇ, ਥੱਲੇ ਜਾ ਕੇ ਦੋ ਇੱਥੇ ਪੂਰਾ ਹੁੰਦਾ, ਥੱਲੇ ਚਲੇ ਗਏ ਫਿਰ ਆਪਾਂ ਹੈਂਡਲ ਖਿੱਚਣਾ ਤਿੰਨ ਚਾਰ, ਸਮਝ ਗਏ। ਇੱਕ ਆਪਾਂ ਪੂਰਾ ਮਾਰਿਆ, ਦੂਜਾ ਆਪਾਂ ਅੱਧਾ ਮਾਰਿਆ, ਅਤੇ ਤੀਜਾ ਆਪਾਂ ਇੱਧਰੋਂ ਸ਼ੁਰੂ ਕਰ ਦੇਣਾ, ਫਿਰ ਇਹ ਪੂਰਾ ਪ੍ਰੋਪਰ ਤੁਹਾਨੂੰ ਬੀਟ ਸਾਊਂਡ ਕਰੂਗੀ। ਸੋ ਹੁਣ ਪੂਰੀ ਗਿਣਤੀ ਆਪਾਂ ਵਜਾਉਂਦੇ ਹਾਂ ਬੁੱਕ 'ਚੋਂ, ਤੇ ਇੱਕ ਦੋ ਤਿੰਨ ਚਾਰ 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 ਇੱਕ ਦੋ ਤਿੰਨ ਚਾਰ। ਜਦੋਂ ਆਪਾਂ ਇਹ ਗਿਣਤੀ ਪੂਰੀ ਕਰ ਲਈ ਤੇ ਪ੍ਰੈਕਟਿਸ ਵੀ ਆਪਾਂ ਪੁੱਛੂ ਤੇ ਚੰਗੀ ਕਰ ਲਈ, ਇਹ ਬੀਟ ਇੱਦਾਂ ਦੀ ਸਾਊਂਡ ਕਰੂੰਗੀ ਇੱਕ ਦੋ ਤਿੰਨ ਚਾਰ 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 ਸੋ ਇਹ ਜਿਹੜੀ ਬੀਟ ਜਾਂ ਤਾਲ ਆਪਾਂ ਅੱਜ ਸਿੱਖੀ ਆ ਇਹਨੂੰ ਚਾਲ ਕਹਿੰਦੇ ਆ। ਅਗਲੇ ਲੈਸਨ ਦੇ ਵਿੱਚ ਆਪਾਂ ਤੋੜੇ ਦੇਣੇ ਸਿੱਖਾਂਗੇ ਬੀਟ ਚੱਕਣੀ ਕਿਵੇਂ ਆ ਅਤੇ ਬੀਟ ਸਿੱਟਣੀ ਕਿਵੇਂ ਆ। ਜੇ ਤੁਹਾਨੂੰ ਕੋਈ ਡਾਊਟ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਪੁੱਛ ਸਕਦੇ ਹੋ, ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ ਤੁਹਾਡਾ ਸਮਾਂ ਦੇਣ ਲਈ, ਸਤਿ ਸ਼੍ਰੀ ਅਕਾਲ।